ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਅਤੇ 1 ਗਾਂ ਤੁਹਾਨੂੰ ਦਿਖਾਉਣੀ ਆ, ਜਿਨ੍ਹਾਂ ਦੇ ਵਿੱਚੋਂ 3 ਗੱਭਣਾਂ ਅਤੇ 2 ਸੂਈਆਂ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਉਹਨਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ, ਵਧੀਆ। ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 5-68-2727। ਅੱਛਾ, 4 ਮੱਝਾਂ ਦੇ 1 ਗਾਂ, ਹੈ ਨਾ? ਚਲੋ ਫਿਰ ਪਹਿਲਾਂ ਵੈੜ ਤੋਂ ਸ਼ੁਰੂਆਤ ਕਰ ਲਈਏ। ਹੈਗੀ ਕਰੋਸ 'ਚ ਆ, ਥਣ ਬੜਾ ਪਿਆਰਾ ਵਾ, ਗੁਲਾਬੀ ਰੰਗ ਦਾ ਇਹਦਾ ਥਣ ਆ। ਹਾਂ ਦੇਖ ਸਕਦੇ, ਠੰਡੀ ਧੀਰੀ ਪੂਰੀ ਆ ਜਿਹੜੀ, ਅਤੇ ਥਣਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਆ। ਬਾਕੀ ਆ ਕਿ ਕੱਦ ਕਾਠ ਵੀ ਚੰਗਾ ਆ। ਬਾਕੀ ਅਜੇ ਕੁਛ ਕੁਛ ਭਲਾ ਵੀ ਹਵਾਨੇ ਤੇ ਪੈਣ ਦੀਆਂ, ਚੰਗੀ ਤਿਆਰ ਹੋਣੀ ਆ ਸੂਨ ਤੱਕ, ਫਿਕਸ ਜੇ ਹਵਾਨਾ ਇਹਨੇ ਤਿਆਰ ਕਰਨਾ ਵਾ। ਦੁੱਧ ਵੀ ਆ ਬਾਹਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਠੀਕ ਆ ਜੀ, ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ? 60,000 ਆ ਵਿੱਚੋਂ ਕਰਨਾ ਮਨ ਤਨ? ਕਿੰਨਾ? 55,000 ਦੀ ਦੇ ਦੋਗੇ, ਬਾਕੀ ਚਲੋ ਛੋਟ ਛਾਟ ਕਰ ਦੋਗੇ, ਹੈ ਨਾ? ਠੀਕ ਆ, ਵੇਖਣ ਜ਼ਰੂਰ ਆਵੇ, ਹੈ ਨਾ? ਪਹਿਲਾਂ ਮੰਡੀ ਚ ਵੇਖ ਆਵੇ ਤੇ ਫੇਰ ਇੱਥੇ ਆ ਜੇ। ਕੋਈ ਵੀ ਪਸ਼ੂ ਜਿਹੜਾ ਲੈਣਾ ਵਾ, ਜਿੰਨੀਆਂ ਆਪਣੀਆਂ ਵੀਡੀਓ ਪੈਂਦੀਆਂ ਲਗਭਗ ਮੰਡੀ ਤੋਂ ਤਕਰੀਬਨ ਸਾਰੀਆਂ 1.5 ਘੰਟੇ, 1.5 ਘੰਟੇ, 1 ਘੰਟੇ ਦੇ ਰਸਤੇ ਦੇ ਵਿੱਚ ਵਿੱਚ ਹੀ ਪੈਂਦੀਆਂ। ਠੀਕ ਆ, ਠੀਕ ਆ। ਕਦੋਂ ਦੀ ਸੂਈ ਜੇ? ਕੱਲ੍ਹ ਦੀ ਸੂਈ ਆ, ਅਤੇ ਆਹ ਮਗਰ ਇਹਦੇ ਕੱਟੀ, ਨਾੜੂ ਬਿਲਕੁਲ ਨਾਲ ਤਾਜ਼ਾ ਹੀ ਆ ਜਿਹੜਾ ਅੱਜ ਆਪਾਂ ਦੇਖ ਸਕਦੇ ਹਾਂ, ਮਗਰ ਇਹਦੇ ਕੱਟੀ ਆ। ਬਾਰਾਂ ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੂਗੀ। ਬਾਕੀ ਥੱਲਿਓਂ ਸਫਾਈਆਂ 'ਚ ਚਲੋ ਜਿਹੜੇ ਹਿਸਾਬ ਨਾਲ ਵਾ, ਆਹ ਦੇਖ ਸਕਦੇ ਹਵਾਨਾ ਇਹਦਾ ਲਾਗੇ ਤੋਂ, ਅਤੇ ਥਣ ਵੀ ਤੁਹਾਨੂੰ ਲਾਗੇ ਤੋਂ ਦਿਖਾ ਦਈਏ। ਅਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ? ਠੀਕ ਆ, 75,000 ਵਿੱਚੋਂ ਛੋਟ ਛਾਟ ਕਰ ਦਈਏ, 72,000 ਦੀ। ਚਲੋ ਬਾਕੀ ਕੋਈ ਫੋਨ ਲਾਵੇ, ਮਾਨ ਤਨ ਮੌਕੇ ਤੇ ਕਰ ਦੋਗੇ? ਠੀਕ ਆ ਜੀ, ਠੀਕ ਆ। ਤੇ ਇਹਦੇ ਮਗਰ ਕੀ ਜੀ? ਇਹਦੇ ਮਗਰ ਕੱਟਾ, 8 ਕਿਲੋ ਤਿਆਰ ਬਿਲਕੁਲ।
ਚਵਾਈ ਕਰਕੇ ਖੜੇ ਕੋਈ ਵੀਰ ਆਪਣੀ ਠੀਕ ਹੈ ਜੀ। ਬਾਕੀ ਫਿਕਸ ਜਿਹਾ ਹਵਾਨਾ ਵਾ ਇਹਦਾ ਵੀ। ਅੱਜ ਦੋ ਹੀ ਸੂਈਆਂ ਵਾ, ਉਹ ਵੀ ਤਾਜ਼ੀਆਂ ਹੀ ਸੂਈਆਂ ਵਾ ਅਜੇ, ਅਤੇ ਬਾਕੀ ਸਾਰੀਆਂ ਗੱਬਣਾਂ ਹੀ ਆ। ਅਤੇ ਇਹਦਾ ਵੀਰ ਜੀ ਕਿੰਨਾ ਮੁੱਲ ਰੱਖਣਾ ਫਿਰ ਆਪਾਂ? 70,000 ਆ, ਵਿੱਚੋਂ ਕਰਨੀ ਛੋਟ ਛਾਟ। ਸੱਤਰ ਚੋਂ ਕਿੰਨਾ ਮਾਨ ਕਰ ਦੇਣਾ ਵੀਰ ਜੀ ਇਹਦਾ ਫਿਰ ਆਪਾਂ? ਅੱਛਾ 65,000 ਦੀ ਦੇ ਦਓਗੇ, ਬਾਕੀ ਚਲੋ ਕੋਈ ਫੋਨ ਲਾਵੇ ਹਨਾ ਇੱਕ ਵਾਰੀ, ਬਾਕੀ ਦੁੱਧ ਵੀ 8 ਕਿਲੋ ਮੈਂ ਇਧਰ ਲਿਆਉਂ ਹੁਣ। ਠੀਕ ਆ, ਤੇ ਹੁਣ ਇਹ ਵੀਰ ਜੀ ਗੱਬਣ ਜੇ, ਇਹ ਗੱਬਣਾ ਆ ਗਿਆ ਦੋ ਲੈ ਜੇ, 4 ਦਿਨ ਲੈ ਜੇ। ਅੱਛਾ ਦੁੱਧ ਵੀ ਮਹੀਨੇ ਪਹਿਲਾਂ ਨੇ ਝੋਟੀ ਦਾ ਸਾਹ ਜਾਲੇ ਬਦਲ ਰੋਏ 10-11 ਕਿਲੋ ਜੋ ਆਇਆ। ਠੀਕ ਆ, ਦੁੱਧ ਵੀ 12 ਕਿਲੋ ਦਊਗੀ, ਥਣਾਂ ਦੀ ਪਿੱਛੇ ਦੀ ਮੇਰੀ ਗਾਰੰਟੀ ਹੋਊਗੀ। ਠੀਕ ਆ, ਦੋਵੇਂ ਮਹੀਆਂ ਗੱਬਣਾ, ਦੋਵਾਂ ਦੀ ਥਣਾਂ ਪਿੱਛੇ ਦੀ ਮੇਰੀ ਗਾਰੰਟੀ। ਤੋਰੋ ਫਿਰ ਇਹਨਾਂ ਵੀ ਇੱਕ ਵਾਰੀ, ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ। ਬਾਕੀ ਮਹੀਂ ਬੜੀ ਸਾਫ਼ ਝੋਟੀ ਥੱਲੇ ਬਣਦੀ, ਬਾਕੀ ਹਜੇ ਤਿਆਰ ਹੋਣੀ ਆ ਥੱਲਿਆਂ ਅਜੇ। ਹੋਰ ਇਹ ਆ ਕਿ ਤਰ੍ਹਾਂ ਸਾਂਭੀ ਸੁੰਭੀ ਚੰਗੀ ਆ। ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਫਿਰ ਮੁੱਲ ਆਪਾਂ? ਇਹਦਾ ਮੁੱਲ 70 ਜੀ ਜੀ। ਤੇ 70 ਚੋਂ ਇਹਦਾ ਵੀ ਕਰਨਾ ਮਾਨ? ਇਹ ਵੀ 65,000 ਦੀ ਦੇ ਦਾਂਗੇ। ਅੱਛਾ, ਇਹ ਵੀ 65,000 ਦੀ ਦੇ ਦਾਂਗੇ। ਚਲੋ ਬਾਕੀ ਵੀ ਛੋਟ ਛਾਟ ਹੋ ਜਾਊਗੀ ਮੌਕੇ ਤੇ। ਠੀਕ ਹੈ ਜੀ, ਤੇ ਇਹਦੀ ਥਣਾ ਪਿੱਛੇ ਦੀ ਸਾਡੀ ਗਾਰੰਟੀ ਵੀਰ ਜੀ, ਦੁੱਧ ਇਹ ਵੀ 12 ਦਿਨਾਂ ਕੋਲ ਮੈਚ ਹੋ ਜਾਊਗੀ। ਅੱਛਾ ਜੀ, ਹਾਂ ਜੀ, ਲੈ ਵਾਗਾ ਦਾ ਲਗਾਇਆ। ਬਾਕੀ ਚੰਗੀ ਤਿਆਰ ਹੁੰਦੀ ਹੈ ਆਪਣੇ ਵਜੂਦ ਦੇ ਹਿਸਾਬ ਨਾਲ। ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ ਵੀਰ ਜੀ 65,000। 65,000 ਆ, ਹਾਂਜੀ। ਇਹਦੇ ਚੋਂ ਕਿੰਨਾ ਮਾਨ ਕਰਦੀ ਹੈ? 3,000 ਕਰ ਦਾਂਗੇ। 62,000 ਦੀ ਦੇ ਦੋਗੇ? 62,000। ਹੋਰ ਛੋਟ ਛੋਟ ਕਰ ਦੋਗੇ? ਹਾਂ ਨਾ, 60,000 ਦੀ ਦੇਵਾਂਗੇ। 60,000 ਦੀ ਪੱਕੀ ਜਿਹੜੀ ਤੇ? 60,000 ਦੀ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਠੀਕ ਹੈ ਜੀ, ਦੋ ਸੂਈਆਂ ਵਾ, ਉਹ ਵੀ ਤਾਜ਼ੀਆਂ ਹੀ ਸੂਈਆਂ ਵਾ, ਬਾਕੀ ਗੱਬਣ ਆਪਣੀਆਂ ਪਾਸ ਕਰਕੇ ਆਪਣੀ ਸਮਝ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।